ਪੰਜਾਬ 'ਚ ਲੋਕ ਰਾਜ ਸਥਾਪਿਤ ਹੀ ਨਹੀਂ ਹੋਇਆ। 5-4 ਚੀਫ ਮਿਨਿਸਟਰਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲਤਾ। ਸਰਬੱਤ ਕਾ ਭਲਾ ਪਰ ਸ਼ੁਰੂ ਕਰ ਮੇਰੇ ਘਰ ਤੋਂ, ਸਵਾਏ ਘਰ ਭਰਨ ਦੇ ਪੰਜਾਬ ਨੂੰ ਖੋਖਲਾ ਕਰਤਾ। ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਧੇ ਹੈ। ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀ ਉਹ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ। ਦਰਬਾਰ ਸਾਹਿਬ 'ਚ ਆਉਣਾ 100 ਭਾਗ, ਸੀਸ ਨਿਵਾਉਣਾ ਉਦੋਂ ਵੱਡੀ ਸੇਧ। ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਮੈਂ ਆਪਣੇ ਆਪ 'ਚ ਕੁਛ ਵੀ ਨਹੀਂ, ਇਸ ਗੁਰੂ ਦੀ ਮਿਹਰ ਨਾਲ ਇੱਕ ਸੇਧ ਮਿਲੀ ਹੈ ਅਲਖ ਜਗਾਉਣ ਦੀ, ਪੰਜਾਬ ਦੇ ਪੁਨਰ ਉਥਾਨ ਦੀ। 2 ਧੜਿਆਂ 'ਚ ਹਲਕਤ ਵੰਡੀ ਹੈ, ਇੱਕ ਜੋਂਕਾਂ ਦਾ ਅਤੇ ਇੱਕ ਲੋਕਾਂ ਦਾ। ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਲੜਾਈਆਂ ਲੜੀਆਂ, ਘੋੜੇ ਦੀ ਕਾਠੀ ਦੇ ਉੱਤੇ ਜ਼ਿੰਦਗੀ ਕੱਢੀ। ਉਹਨਾਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਲੋਕਾਂ ਦਾ ਖੜਨਾ। 100 ਚੋਰ ਪੰਜਾਬ ਦੀ ਆਵਾਜ਼ ਨਹੀਂ, ਪੰਜਾਬ ਦੀ ਆਵਾਜ਼ 3 ਕਰੋੜ ਪੰਜਾਬੀ ਹੈ, 2 ਕਰੋੜ ਉਹ ਜਿਹੜਾ NRI ਹੈ ਬਾਹਰੋਂ ਅਤੇ ਇੱਥੋਂ ਆਵਾਜ਼ ਲੋਕਾਂ ਦੀ ਉੱਠਣੀ ਹੈ। ਇਹ ਵਰਤਾਂਤ ਲੋਕਾਂ ਨੇ ਬਣਾਉਣਾ ਔਰ ਲੋਕਾਂ ਨੇ ਧਰਤੀ ਪੁੱਤਰ ਆਪਦੇ ਆਪ ਚੁਣਨਾ। ਪੰਜਾਬ 'ਚ ਲੋਕ ਰਾਜ ਸਥਾਪਿਤ ਹੀ ਨਹੀਂ ਹੋਇਆ। 5-4 ਚੀਫ ਮਿਨਿਸਟਰਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲਤਾ। ਸਰਬੱਤ ਕਾ ਭਲਾ, ਪਹਿਲੀ ਪਾਤਸ਼ਾਹੀ ਅਤੇ 10ਵੀਂ ਪਾਤਸ਼ਾਹੀ ਨੂੰ ਅੱਡ ਨਹੀਂ ਦੇਖ ਸਕਦਾ ਕੋਈ, ਗੁਰੂ ਇੱਕ ਹੈ। ਸਰਬੱਤ ਕਾ ਭਲਾ ਪਰ ਸ਼ੁਰੂ ਕਰ ਮੇਰੇ ਘਰ ਤੋਂ, ਸਵਾਏ ਘਰ ਭਰਨ ਦੇ ਪੰਜਾਬ ਨੂੰ ਖੋਖਲਾ ਕਰਤਾ। ਰਾਜਨੀਤੀ ਨੀਤੀ ਦੀ ਹੁੰਦੀ ਹੈ, ਨੀਤੀ ਦੀ ਪੋਲਿਸੀ ਦੀ ਹੁੰਦੀ ਹੈ। ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਧੇ ਹੈ, ਪਚਨੇ ਨਹੀਂ। ਲੜਾਈ ਲੜੂੰ ਪੰਜਾਬ ਦੀ, ਪੰਜਾਬ ਦੇ ਲੋਕਾਂ ਦੀ, ਇਮਾਨਦਾਰੀ ਦੀ। ਔਰ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਦਾ, ਸਭ ਤੋਂ ਵੱਡਾ ਅੱਜ ਧਰਤੀ ਦੇ ਉੱਤੇ ਅਗਰ ਕੋਈ ਖਲਾਅ ਹੈ ਤਾਂ ਉਹ ਹੈ ਭਰੋਸੇਯੋਗਤਾ, ਭਰੋਸਾ, ਟਰੱਸਟ। ਲੀਡਰ ਉਹ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾ ਦੇ, ਸਮਝੋ ਨਹੀਂ। ਇਸ ਭਰੋਸੇ ਨੂੰ ਟੁੱਟਣ ਨਹੀਂ ਦੇਣਾ। ਇਹੀ ਭਰੋਸਾ ਲੈ ਕੇ ਰਾਜਨੀਤੀ 'ਚ ਆਇਆ ਸੀ, ਇਹੀ ਭਰੋਸਾ ਲੈ ਕੇ ਰਾਜਨੀਤੀ 'ਚੋਂ ਜਾਊਂਗਾ। ਇਹੀ ਮੇਰੇ ਪਿਓ ਦੀ ਮੰਗ ਸੀ, ਜਿਉਂਦਾ ਜਾਗਦਾ ਇਮਾਨ ਲੈ ਕੇ ਵਾਪਸ ਜਾਊਂਗਾ। ਵੈਲਕਮ ਕਰਦਾ ਅੱਜ ਜਾਦਵ ਸਾਹਿਬ ਨੂੰ, ਬੜੇ ਹੀ ਸੂਝਵਾਨ ਨੇ, ਬੜੇ ਪਿਆਰ ਨਾਲ ਗੱਲ ਸੁਣੀ ਹੈ, ਅਸੀਂ ਆਪਣਾ ਪੱਖ ਰੱਖਦੇ ਹਾਂ। ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀ ਉਹ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ। ਕਦੇ ਇੱਕ ਵਰਕਰ ਦੇ ਖਿਲਾਫ਼ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ, ਕਿਸੇ ਵਰਕਰ ਦੇ ਖਿਲਾਫ਼ ਵੀ। ਇਹ ਸਾਰੇ ਮੇਰੇ ਆਪਣੇ ਨੇ, ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰ, ਲੇਕਿਨ ਕੋਈ ਪੰਜਾਬ ਦੇ ਖਿਲਾਫ਼ ਖੜਾ ਹੋ ਠੋਕ ਦੂੰ। ਇਹ ਲੜਾਈ ਕਿਸੇ ਨਿੱਜੀ ਬੰਦੇ ਦੇ ਨਾਲ ਨਹੀਂ, ਇਹ ਲੜਾਈ ਪੋਲਿਸੀਆਂ ਦੀ ਹੈ, ਪੰਜਾਬ ਦੇ ਉਥਾਨ ਦੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਅਤੇ ਗੁਰੂਆਂ ਪੀਰਾਂ ਪੈਗੰਬਰਾਂ ਦੇ ਫਲਸਫੇ ਦੇ ਨਾਲ ਜੋੜਨ ਦੀ ਹੈ। ਇਹ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਨੇ ਨਾਲ ਗਰੁੱਪਾਂ 'ਚ, ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ। ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ, ਮੇਰਾ ਤਾਂ ਇੱਕੋ ਹੀ ਗਰੁੱਪ ਹੈ, 3 ਕਰੋੜ ਪੰਜਾਬੀ ਜਿਹੜਾ ਇੱਥੇ ਵੱਸਦਾ, 2 ਕਰੋੜ ਜਿਹੜਾ
ਬਾਹਰ ਵਸਦਾ ਉਹਦੇ ਲਈ ਲੜੂ। ਮੈਂ ਕਿਹਾ ਕਿਸੇ ਨੂੰ ਕੁਛ ਇਤਰਾਜ਼ ਹੋਵੇ, ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ। ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਨੀ ਥਾਂ 'ਤੇ ਨਾ ਜਾ। ਮੈਂ ਤਾਂ ਇਹ ਕਿਹਾ ਜੇ 100 ਇਕੱਠਾ ਹੁੰਦਾ ਉੱਥੇ ਵੀ ਜਾਓ। ਕਾਂਗਰਸ ਦੀ ਆਈਡੀਓਲੋਜੀ, ਕਾਂਗਰਸ ਦੀ ਆਈਡੀਓਲੋਜੀ ਕੀ ਹੈ? ਅਨੇਕਤਾ 'ਚ ਏਕਤਾ। ਭਾਸ਼ਾ ਅੱਡ ਹੋ ਸਕਦੀ ਹੈ, ਖਾਣ ਪੀਣ ਅੱਡ ਹੋ ਸਕਦਾ, ਕਲਚਰ ਅੱਡ ਹੋ ਸਕਦਾ, ਪਰ ਅਸੀਂ ਸਾਰੇ ਇੱਕ ਹਾਂ, ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਹਾਂ। ਇਹੀ ਰਾਹੁਲ ਜੀ ਕਹਿੰਦੇ ਆ, ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ। ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ, ਆਪ ਜ਼ਿੰਮੇਵਾਰ। ਮੈਂ ਕਿਹਾ ਜੇ ਦੇਖੋ, ਗੱਲ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਰੇ ਤੋਂ ਕੀ ਤਕਲੀਫ ਹੈ। ਕੋਈ ਲਾਵੇ ਖਾੜਾ ਅਤੇ 10,000 ਬੰਦਾ ਇਕੱਠਾ ਕਰੇ, ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ। ਪਰ ਪ੍ਰਚਾਰ ਕਰੇ ਪੰਜਾਬ ਦਾ, ਪੰਜਾਬ ਦੇ ਲੋਕਾਂ ਦੀ ਭਲਾਈ ਦਾ। ਲੋਕ ਭਲਾਈ ਕਿੱਥੇ? ਇੱਥੇ ਤਾਂ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ। ਸਵਾਰਥ ਦੀ ਪੂਰਤੀ ਗੁਰੂ ਨਹੀਂ ਮੰਨਦਾ। ਇਸ ਗੁਰੂ ਦੀ ਸਥਲੀ ਦੇ ਉੱਤੇ ਖੜ ਕੇ ਕਹਿਣਾ ਕਿ ਜਾਧਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ, ਇੱਕ ਇੱਕ ਵਰਕਰ ਖੜਾ ਕਰੂੰਗਾ। ਮੇਰਾ ਸਿਲਸਿਲਾ ਮੁੱਕ ਹੀ ਨਹੀਂ ਸਕਦਾ। ਮੈਂ ਕਿਹਾ ਮੇਰਾ ਸਾਰਾ ਕੁਛ ਚਲਾ ਜੇ, ਸਭ ਕੁਛ ਗਵਾ ਦਿਆਂ ਮੈਂ, ਲੇਕਿਨ ਮੈਂ ਧਰਮ ਨਹੀਂ ਹਾਰੂੰਗਾ। ਔਰ ਮੇਰੀ ਪ੍ਰੇਰਣਾ ਹੈ ਬੰਦ ਬੰਦ ਕਟਾਏ, ਆਰਿਆਂ ਨਾਲ ਚਰਾਏ ਗਏ, ਖੋਪੜੀਆਂ ਲਹਾਈਆਂ, ਪਰ ਧਰਮ ਨਹੀਂ ਹਾਰਿਆ। ਧਰਮ ਹੈ ਪੰਜਾਬ ਦੀ ਰਾਹ ਦਾ ਹਰ ਰੋੜਾ। ਰਾਸ਼ਟਰ ਧਰਮ ਤੋਂ ਉੱਤੇ ਕੋਈ ਧਰਮ ਨਹੀਂ। ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ, ਭੁੱਖਿਆਂ ਨੂੰ ਰਜਾ ਦੇਣਾ, ਰੋਂਦਿਆਂ ਨੂੰ ਹਸਾ ਦੇਣਾ, ਉਜੜਿਆਂ ਨੂੰ ਵਸਾ। ਇਹ ਹਾਈ ਕਮਾਂਡ ਤੈਅ ਕਰੇ, ਇਹ ਹਾਈ ਕਮਾਂਡ ਤੈਅ ਕਰੇ। ਜਦੋਂ ਕੁਰਸੀਆਂ ਲੈਂਦੇ ਹੋ, ਜਦੋਂ ਪਦ ਲੈਂਦੇ ਹੋ, ਅਹੁਦੇ ਲੈਂਦੇ ਹੋ, ਉਦੋਂ ਮੈਂ ਹਾਈਕੋਰਟ ਦੀ ਮੰਨਣੀ ਹੈ। ਅਤੇ ਜਦੋਂ ਰਾਸ਼ਟਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ, ਅਤੇ ਅਸੀਂ ਐਂ ਕਰ ਦਿਆਂਗੇ, ਅਸੀਂ ਕੀਤਾ ਤਾਂ ਹੈ ਨਹੀਂ, ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ। ਮੈਂ ਆਪਣੇ ਨਹੀਂ, ਮੈਂ ਕਹਿੰਦਾ ਆਪਣਾ ਮਤ ਦੇ ਦਿੱਤਾ, ਬੰਦ ਕਮਰਿਆਂ 'ਚ ਦੇ ਦਿੱਤਾ। ਇਹ ਵੀ ਕਹਿ ਦਿੱਤਾ ਕਿ ਜੇ ਉਹ ਇਕੱਠੇ ਹੋਣਗੇ ਉਹਨਾਂ ਦੀਆਂ 35% ਵੋਟਾਂ ਹੋ ਜਾਣਗੀਆਂ, ਤੁਸੀਂ ਇਕੱਠੇ ਹੋਵੋਗੇ ਸ਼ੁਰੂ 45 ਤੋਂ ਕਰੋਗੇ। ਅਤੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲਓ। ਹੈਂਜੀ, ਡੈਮੋਕ੍ਰੇਸੀ ਜੇ ਨਾ ਬਚੀ, ਤੁਹਾਡੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ? ਸੁਖਪਾਲ ਖਹਿਰਾ ਦੇ ਖਿਲਾਫ਼ ਪੋਲੀਟੀਕਲ ਵੈਂਡੈਟਾ ਹੈ, ਸਮਝੇ? ਸੁਖਪਾਲ ਖਹਿਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ, ਮੈਂ ਉਹਦੇ 'ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਿਤਾ। ਅਤੇ ਮਿੱਤਰਾ 323 'ਚ ਮੈਨੂੰ ਅੰਦਰ ਦਿੱਤਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਕਹਿਣਾ ਜਰਾ, ਸਮਝਿਆ? 323 'ਚ ਹਾਜ਼ਰ ਜਵਾਨ ਦਿੰਦਾ ਹੌਲਦਾਰ। ਜਦੋਂ ਕਾਨੂੰਨ ਨਹੀਂ, ਨਿਆਂ, ਨੀਤੀ, ਧਰਮ, ਜਦੋਂ ਇਹੀ ਸਾਰਾ ਕੁਛ ਚੱਲਿਆ ਗਿਆ, ਤਾਂ ਫਿਰ ਲੋਕ ਰਾਜ ਕਾਹਦਾ? ਪੁਰਾਣੀ ਕਹਾਵਤ ਹੁੰਦੀ ਸੀ, ਆਇਰਨ ਹੈਂਡ ਇਨ ਵੈਲਵਿਟ ਗਲਵਸ, ਕਿ ਸ਼ਨੀਲ ਦਾ ਦਸਤਾਨਾ ਅੰਦਰ ਲੋਹੇ ਦਾ ਹੱਥ ਹੈ। ਐਂ ਨਹੀਂ ਚੱਲਣਾ ਮਿੱਤਰਾ। ਡੈਮੋਕ੍ਰੇਸੀ ਲੋਕਾਂ ਦੀ ਆਵਾਜ਼ ਹੈ, ਅਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ। ਫਰਕ ਇਹ ਹੈ ਕਿ 15 ਬੰਦੇ ਪੰਜਾਬ ਨੇ ਕਿ 3 ਕਰੋੜ ਪੰਜਾਬੀ। ਮੈਂ 3 ਕਰੋੜ ਪੰਜਾਬੀਆਂ 'ਚ ਹੀ ਫਿਰੂੰਗਾ। ਬਿਲਕੁਲ ਜੀ, ਇਹ ਸਾਨੂੰ ਨਵਜਨਾ ਦੇ ਨਾਲ ਗੱਲਬਾਤ ਕੀਤੀ ਹੈ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਕਿ ਬੰਦ ਕਮਰੇ ਦੇ ਵਿੱਚ ਮੀਟਿੰਗ ਉਹ ਆਪਣਾ